ਬਾਈਪਾਸ ਜਿਹੜਾ ਲੁੱਡਰ ਰੋਡ ਤੇ ਜਾ ਕੇ ਖਤਮ ਹੋਣਾ ਇਹ ਇਸ ਤੋਂ ਹਟ ਕੇ ਅਰਬਾਂ ਰੁਪਏ ਦੀ ਕਾਰਪੇਟ ਰੋਡਾ ਮੇਰੇ ਹਲਕੇ ਚ ਤੁਸੀਂ 261 ਚੱਕ ਤੋਂ ਸ਼ੁਰੂ ਹੋ ਜਾਓ ਦੀਵਾਨ ਸਾਹਿਬ ਤੱਕ ਜਾਓ ਇਧਰੋਂ 287 ਮੇਰਾ ਆਖਰੀ ਚੱਕ ਸੀ ਅਰਬਾਂ ਰੁਪਏ ਦੀ ਕਾਰਪੇਟ ਰੋਡਾਂ ਬਣੀਆਂ ਨੇ ਔਰ ਇਸ ਤੋਂ ਇਲਾਵਾ ਮੇਰੇ ਕੋਈ ਕਮ ਅਜ਼ ਕਮ 100 ਸਕੂਲ ਮੇਰੇ ਹਲਕੇ ਚ ਅਪਗ੍ਰੇਡ ਹੋਏ ਨੇ ਜਿਹੜੇ ਕਿ ਕੋਈ ਪ੍ਰਾਇਮਰੀ ਤੋਂ ਮਿਡਲ ਹੋਇਆ ਮਿਡਲ ਤੋਂ ਹਾਈ ਹੋਇਆ ਔਰ ਹਾਈ ਤੋਂ ਐਫ ਏ ਹੋਇਆ ਔਰ ਮੈਂ ਸਮਝਦਾ ਕਿ ਆਇੰਦਾ ਅਗਰ ਅੱਲਾਹ ਤਾਲਾ ਨੇ ਮੌਕਾ ਦਿੱਤਾ ਤੇ ਮੈਂ ਸਮਝਦਾ ਸਾਡੇ ਹਾਲੇ ਬਹੁਤ ਕੰਮ ਹੋਣ ਵਾਲਾ ਇਸ ਸ਼ਹਿਰ ਨੂੰ ਅਸੀਂ ਇੱਕ ਮਿਸਾਲੀ ਸ਼ਹਿਰ ਬੁਰੇਵਾਲੇ ਨੂੰ ਬਣਾਵਾਂਗੇ ਤੇ ਮੈਂ ਭਾਈਆਂ ਨੂੰ ਗੁਜ਼ਾਰਿਸ਼ ਕਰਦਾ ਕਿ ਮੈਂ ਨੇਕ ਨੀਤੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕੀਤਾ ਨਾ ਪਹਿਲੇ ਕੋਈ ਲਾਲਚ ਸੀ ਨਾ ਅੱਜ ਕੋਈ ਲਾਲਚ ਆ ਸਿਆਸਤ ਦੇ ਵਿੱਚ ਲੋਕ ਇਹ ਕਹਿੰਦੇ ਨੇ ਕਿ ਲਾਓ ਔਰ ਕਮਾਓ ਅਸੀਂ ਪਹਿਲੇ ਵੀ ਮੈਂ ਲਾਏ ਆ ਹੁਣ ਵੀ ਆਪ ਲਾ ਰਹੇ ਆ ਤੇ ਗਾਹ ਵੀ ਆਪ ਲਾਉਣੇ ਔਰ ਮੈਂ ਚੈਲੰਜ ਕਰਦਾ ਆਪਣੇ ਸਟੇਜ ਤੇ ਖੜੋ ਕੇ ਕਿ ਸਭ ਤੋਂ ਵੱਡੀ ਗੱਲ ਅਰਬਾਂ ਰੁਪਏ ਦੇ ਕੰਮ ਕਰਾਏ ਔਰ ਇੱਕ ਪਾਈ ਦਾ ਕਮਿਸ਼ਨ ਲਿਆ ਹੋਵੇ ਤੇ ਮੈਂ ਆਪਣੀ ਸਿਆਸਤ ਚੱਕਣ ਨੂੰ ਤਿਆਰ ਹਾਂ ਔਰ ਗਰੀਬਾਂ ਦੇ ਦੁੱਖ ਸੁੱਖ ਦੇ ਵਿੱਚ ਮੇਰਾ ਖਿਆਲ ਜਿੰਨਾ ਮੈਂ ਸ਼ਿਰਕਤ ਕੀਤੀ ਆ ਸ਼ਾਇਦ ਪੂਰੇ ਪੰਜਾਬ 'ਚ ਵੀ ਕਿਸੇ MPA ਨੇ ਨਾ ਕੀਤੀ ਹੋਵੇ ਜਿੰਨਾ ਮੇਰਾ ਰਾਬਤਾ ਆਵਾਮ ਨਾਲ ਰਿਹਾ ਸ਼ਾਇਦ ਕਿਸੇ ਨਾਲ ਪੂਰੇ ਪੰਜਾਬ ਦੇ ਕਿਸੇ MPA ਦਾ ਰਾਬਤਾ ਨਾ ਰਿਹਾ ਹੋਵੇ 12-12 ਵਜੇ ਤੱਕ ਟੈਲੀਫੋਨ ਸੁਣੇ ਨੇ ਔਰ ਇਸ ਤਰ੍ਹਾਂ ਵੀ ਹੋਇਆ ਕਿ ਕਿਸੇ ਦਾ ਮੋਟਰਸਾਈਕਲ ਰੋਕ ਲਿਆ ਅਤੇ MPA ਨੂੰ ਫੋਨ ਆ ਗਿਆ ਕਿ ਜੇ ਆਹ ਮੋਟਰਸਾਈਕਲ ਰੋਕ ਲਿਆ ਆਹ ਟ੍ਰੈਫਿਕ ਵਾਲੇ ਨੂੰ ਆਖੋ ਨਾ ਮੈਨੂੰ ਇਹ ਪਤਾ ਵੀ ਫੋਨ ਕਰਨ ਵਾਲਾ ਕੌਣ ਆ ਅਤੇ ਨਾ ਮੈਨੂੰ ਅੱਗੇ ਪਤਾ ਵੀ ਖੜਾ ਕੌਣ ਆ ਅਸੀਂ ਉਹ ਕੰਮ ਵੀ ਦੋਸਤਾਂ ਦੇ ਕੀਤੇ ਇਸ ਬਾਰ ਵੋਟ ਸਿਰਫ ਖਿਦਮਤ ਕਾ ਆਪਕੇ ਵੋਟ ਕਾ ਸਹੀ ਹੱਕਦਾਰ ਚੌਧਰੀ ਇਰਸ਼ਾਦ ਅਹਿਮਦ ਅਰਾਈਨ 25 ਜੁਲਾਈ ਕੋ ਸਫੈਦ ਬੈਲਟ ਪੇਪਰ ਇੰਤਖਾਬੀ ਨਿਸ਼ਾਨ ਮਟਕਾ ਪਰ ਮੋਹਰ ਲਗਾਏ ਰੋਸ਼ਨ ਮਾਜ਼ੀ ਕੇ ਬਾਅਦ ਅਬ ਰੋਸ਼ਨ ਮੁਸਤਕਬਿਲ ਮਟਕੇ ਪਰ ਠੱਪਾ